ਤੁਸੀਂ ਵੇਖ ਰਹੇ ਹੋ ਚੈਨਲ ਪੰਜਾਬ, ਸ਼ਾਨ ਪੰਜਾਬ ਦੀ। ਕਿੰਨੇ ਹੋ ਗਏ? 35 ਲੋਕ। ਕਿੰਨੇ ਹੋ ਗਏ? 70,000। ਕਿਹੜੇ ਅਫਸਰ ਲਈ ਰਹੇ ਆ? ਬੋਲ ਬੋਲ ਜਲਦੀ ਕਰ। ਸੋਰੀ, ਮੈਂ ਕਿਹਾ ਤੈਨੂੰ ਮਾਫੀ ਮਿਲ ਜੂ। ਕਿਹੜੇ ਅਫਸਰ ਲਈ ਰਹੇ ਆ? ਕੀ ਨਾਂ ਉਹਦਾ? ਦੂਸਰਾ ਨਾਮ ਕੌਣ ਆ? ਕੀ ਨਾਂ ਉਹਦਾ? ਉਹ ਕਿੱਥੇ ਬੈਠਦਾ? ਇੱਥੇ ਬੈਠਦਾ ਸਰ। ਕਿੰਨੇ ਦਿਨ ਹੋ ਗਏ ਸੀ ਇਹ ਬੰਦੇ ਨੂੰ ਪਰੇਸ਼ਾਨ ਕਰਦੇ ਆ? ਪੰਜਾਬ ਚ ਨਸ਼ਾ ਤੇ ਰਿਸ਼ਵਤਖੋਰੀ ਸ਼ਰੇਆਮ ਚੱਲ ਰਹੀ ਹੈ। ਇਸ ਗੱਲ ਦਾ ਖੁਲਾਸਾ ਸਿਮਰਜੀਤ ਸਿੰਘ ਬੈਂਸ ਵੱਲੋਂ ਲਗਾਤਾਰ ਕੀਤਾ ਜਾ ਰਿਹਾ। ਇਸ ਬਾਰ ਵੀ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵੱਲੋਂ ਇੱਕ ਰਿਸ਼ਵਤਖੋਰ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ। ਦਰਅਸਲ ਸਿਮਰਜੀਤ ਸਿੰਘ ਬੈਂਸ ਵੱਲੋਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਕਿ ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ ਨੇ ਇੱਕ ਨਿੱਜੀ ਸਕੂਲ ਨੂੰ ਬੰਦ ਕਰਾਉਣ ਦੀ ਗੱਲ ਤੇ 70,000 ਰੁਪਏ ਦੀ ਰਿਸ਼ਵਤ ਲਈ ਹੈ। ਆਓ ਤੁਹਾਨੂੰ ਵਿਖਾਉਂਦੇ ਹਾਂ ਬੈਂਸ ਵੱਲੋਂ ਕਾਬੂ ਕੀਤੇ ਗਏ ਰਿਸ਼ਵਤਖੋਰ ਦੀ ਇਹ ਵੀਡੀਓ। ਚੌੜਾ ਹੋਵੇ ਖੜਾ ਨੇੜੇ ਆ, ਮੇਰੇ ਮਗਰ ਪਿਆ ਪਿਆ ਸਰ। ਪੈਸੇ ਦੋ, ਪੈਸੇ ਦੋ। ਗਿਣਤੀ ਕਰ, ਗਿਣਤੀ ਕਰ, ਗਿਣਤੀ ਲਿਆਓ। ਨੋਟ ਨੰਬਰ ਕੱਢੋ, ਕਿੱਥੇ ਆਦੇ ਟੈਲੀ ਕਰਾ ਨੰਬਰ। 70,000 ਰੁਪਇਆ, 70,000 ਰੁਪਇਆ। ਕਿੰਨੇ ਬੱਚੇ ਸਕੂਲ ਦੇ ਵਿੱਚ? ਸਿਰਫ 107 ਬੱਚੇ। ਗਰੀਬ ਦੇ ਜਵਾਕ ਕਿੱਥੇ ਜਾਣਗੇ? ਦੱਸ ਮਿੰਟ ਤੁਹਾਨੂੰ ਕੋਈ ਸ਼ਰਮ ਨਾਮ ਦੀ ਚੀਜ਼ ਹੈ? 25,000 ਚ ਢਿੱਡ ਨੀ ਭਰਦਾ? ਖੈਰ ਜਾ, ਮੁੰਡਾ ਨੰਬਰ ਕੱਟ ਕਿੱਥੇ ਲਿਆਓ ਸਾਰੇ? ਇਹਨੂੰ ਅੰਦਰ ਲੈ ਕੇ ਚਲੋ, ਮਾੜਾ ਜਿਹਾ ਇਹਨੂੰ ਅੰਦਰ। ਠੀਕ ਹੈ, ਆਓ ਕਿੱਥੇ ਲਿਆਓ ਮੋਟਾ ਵਾਲਾ ਨੰਬਰ ਲਿਆਓ। ਮੈਂ ਕਿਹਾ ਅੰਦਰ ਲੈ ਜਾਈਏ, ਸਾਡੇ ਸਕੂਲ ਅੰਦਰ ਲੈ ਕੇ ਚਲੋ ਸਾਰੇ। ਇਹਨੂੰ ਸਕੂਲ ਅੰਦਰ ਲੈ ਕੇ ਚਲੋ। ਸੋਰੀ, ਬਾਅਦ ਵੀ ਨਾਮ ਦੱਸ ਕੀ ਹੈ ਤੇਰਾ? ਅਮਿਤ। ਕੀ ਹੈ ਇੱਥੇ? ਡਾਟਾ ਐਂਟਰੀ। 70,000 ਰੁਪਇਆ ਕਿਹਦੇ ਕਿਹਦੇ ਲਈ ਲਿਆ? ਕਿਹਦੇ ਲਈ ਆ ਦੋਸਤਾਂ ਨੇ ਪੈਸੇ? ਸਰ ਕਹਿੰਦਾ ਸਕੂਲ ਬੰਦ ਕਰ ਦੇਣਾ, ਡਿਪਟੀ ਸਾਹਿਬ ਦਾ ਨਾਂ ਲੈ ਕੇ ਕਹਿੰਦਾ। ਡਿਪਟੀ ਡੀਓ ਕੀ ਨਾਂ ਉਹਦਾ? ਕੁਲਦੀਪ ਸਿੰਘ। ਕੀ ਨਾਂ? ਕੁਲਦੀਪ ਸਿੰਘ। ਕੁਲਦੀਪ ਸਿੰਘ। ਹੋਰ ਐਲਏ ਕਿਹੜਾ ਸੀ ਨਾਲ? ਐਲਏ ਸਰ ਇੱਥੇ ਹੀ ਆ ਸਕੂਲ 'ਚ। ਕੀ ਨਾਮ ਆ ਦੱਸੋ ਐਲਏ ਦਾ? ਐਲਏ ਮੈਨੂੰ ਕਹਿੰਦਾ ਟੈਲੀਗ੍ਰਾਮ ਦਾ ਨੰਬਰ ਨੋਟ, ਟੈਲੀਗ੍ਰਾਮ ਚੱਲ ਇਹਦੇ ਨਾਲ ਆਹੀ ਨੰਬਰ ਚੱਲ। 138 ਨੰਬਰ ਹੈਗਾ ਪਹਿਲਾਂ, ਦੂਜਾ ਨੰਬਰ ਨੋਟ ਕਰਾ ਚੱਲ। 807 ਹੈਗਾ, 827 804 ਚੱਲ ਚੱਲ ਲੱਗੇ, 804 39 344 573 546 511 112 553 198 ਕਿੰਨੇ ਹੋ ਗਏ? 35 ਲੋਕ। ਕਿੰਨੇ ਹੋ ਗਏ? 70,000। ਕਿਹੜੇ ਅਫਸਰ ਲਈ ਰਹੇ ਆ? ਬੋਲ ਬੋਲ ਜਲਦੀ ਕਰ। ਸੋਰੀ, ਮੈਂ ਕਿਹਾ ਤੈਨੂੰ ਮਾਫੀ ਮਿਲ ਜੂ। ਕਿਹੜੇ ਅਫਸਰ ਲਈ ਰਹੇ ਆ? ਕੀ ਨਾਂ ਉਹਦਾ? ਦੂਸਰਾ ਨਾਮ ਕੌਣ ਆ? ਕੀ ਨਾਂ ਉਹਦਾ? ਉਹ ਕਿੱਥੇ ਬੈਠਦਾ? ਇੱਥੇ ਬੈਠਦਾ ਸਰ। ਕਿੰਨੇ ਦਿਨ ਹੋ ਗਏ ਸੀ ਇਹ ਬੰਦੇ ਨੂੰ ਪਰੇਸ਼ਾਨ ਕਰਦੇ ਆ? ਕਿੰਨੇ ਦਿਨ ਹੋ ਗਏ ਇਹਨੂੰ ਪਰੇਸ਼ਾਨ ਕਰਦੇ ਆ? ਕਿੰਨੇ ਜਵਾਕ? ਸਿਰਫ 107 ਉਹਦੇ ਚੋਂ ਵੀ 20 ਬੱਚਿਆਂ ਦੀ ਫੀਸ ਮਾਫ ਚਲਾ। ਅੰਦਰ ਆ, ਅੰਦਰ ਲੈ ਕੇ ਚਲੋ ਸਰ ਸਕੂਲ ਦੇ। ਹੈਗਾ ਹਲੇ? ਨਹੀਂ ਹੈਗਾ ਸਰ। ਸੁਣ ਲਓ, ਆਹ ਪੀੜਤ ਹੈਗਾ, ਇਹ ਪੀੜਤ ਆ। 50,000 ਦੇ ਵਿੱਚ ਡਨ ਹੋਇਆ ਸੀ, ਇਹਨੂੰ ਵੀ ਲਿਆ ਇੱਧਰ ਨੂੰ ਮਾੜਾ ਜਿਹਾ ਇੱਥੇ ਕਰ। ਮੈਂ ਇੱਧਰ ਕੁਛ ਲਿਆ ਜੀ, ਬਿੜਾ ਤਾਂ ਨਹੀਂ ਲਿਆ ਤੇ ਕਿਹਦੇ ਗਏ ਤੇ ਲਏ ਦੱਸ ਨਾ। ਪਹਿਲੇ ਕਹਿੰਦਾ 50 ਦਿਓ, ਜਦੋਂ ਅਸੀਂ ਇੱਕ ਅੱਧਾ ਦਿਨ ਲਈ ਲੇਟ ਹੋ ਗਏ ਕਿਉਂਕਿ ਬੈਂਸ ਸਾਹਿਬ ਨਾਲ ਗੱਲ ਕਰਨੀ ਸੀ ਅਸੀਂ। ਇਹ ਕਹਿੰਦਾ ਸਾਨੂੰ ਇੰਨਾ, ਮਤਲਬ ਸਾਨੂੰ ਮੇਰਾ ਖਿਆਲ ਮਹੀਨਾ ਹੋ ਗਿਆ ਹੋਊ ਇਹਦੇ ਮਗਰ ਛੱਡਿਆ ਨੂੰ। ਡਿਪਟੀ ਡੀਓ ਐਂਡ ਐਲਏ ਲੀਗਲ ਐਡਵਾਈਜ਼ਰ ਦੋਨੋਂ ਜਣਿਆਂ ਦਾ ਐਮਸੀ ਹੈਗਾ, ਮਨੀ ਕਲੈਕਟਰ ਹੈ। ਪੂਰੀ ਗੱਲ ਦੱਸੋ ਸਰ, ਹੈ ਕੀ? ਦੱਸ ਬੇਟਾ ਪੂਰੀ ਗੱਲ। ਆਪਣਾ ਸਕੂਲ ਆ ਜੀ ਪਖਵਾਰ ਰੋਡ ਤੇ, ਜੀਪੀਐਲ ਅਕੈਡਮੀ। ਜੀਪੀਐਲ ਅਕੈਡਮੀ ਤੇ ਜਦੋਂ ਇਹਨੂੰ ਬੰਦੇ ਨੂੰ ਇਹ ਆਏ ਉੱਥੇ, ਇਹਨਾਂ ਦਾ ਨਾ ਦੋ ਰਿਪੋਰਟਰ ਨੇ, ਪ੍ਰੈਸ ਰਿਪੋਰਟਰ ਇੱਕ ਬਖਸ਼ੀ ਨਾਂ ਦਾ, ਫੇਕ ਕੰਪਲੀਟਾਂ ਕਰਦੇ ਆ। ਫਿਰ ਉਹ ਕੰਪਲੇਂਟ ਨੂੰ ਕਲੋਜ਼ ਕਰਨ ਵਾਸਤੇ ਸੈਟਿੰਗ ਜਿਹੜੀ ਇਹ ਸੈਟੀ ਪਰ ਬੈਠਾ ਡੀਓ ਆਫਿਸ ਦਾ। ਬਖਸ਼ੀ ਤੇ ਹੋਰ ਕੀ? ਬਖਸ਼ੀ, ਮੱਕੜ ਮੱਕੜ
ਸਰਦਾਰ ਤੇ ਕਮਾਂਡਰ ਰਿਕਾਰਡਿੰਗ ਉਹਨਾਂ ਦੀ ਸਰਕਾਰੀ ਨੌਕਰੀ ਕਿਹੜੇ ਕਰਦੇ ਆ ਸਾਰਾ ਕੁਝ ਕੱਢ ਕੇ ਫਿਰ ਉਹ ਫੇਕ ਕਰਦੇ ਆ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਵੀ ਤੁਸੀਂ ਕਿੱਥੋਂ ਆਏ ਹੋ ਉਹ ਕਹਿੰਦਾ ਤੁਹਾਨੂੰ ਦੱਸਣਾ ਨਹੀਂ ਨਹੀਂ ਲੜਾਈ ਹੋ ਗਈ ਆਪਣੀ ਇਹ ਰਿਕਾਰਡਿੰਗ ਸਾਰੇ ਕੁਝ ਰਿਕਾਰਡਿੰਗ ਤੁਹਾਨੂੰ ਦੱਸ ਰਿਹਾ ਸਾਰਾ ਰਿਕਾਰਡਿੰਗ ਦੇ ਵਿੱਚ ਸਾਰਾ ਫੇਸਬੁੱਕ ਤੇ ਚੜਿਆ ਹੋਇਆ ਮੇਰਾ ਨਾਮ ਜਸਪ੍ਰੀਤ ਸਿੰਘ ਸਾਰਾ ਕੁਝ ਫੇਸਬੁੱਕ ਤੇ ਚੜਿਆ ਹੋਇਆ ਪਰਕੋਏ ਕਹਿ ਕੇ ਆਏ ਅੱਜ ਐਮਐਲਏ ਸਾਹਿਬ ਜਵਾਏ ਪੱਤਰ ਕਹਿ ਕੇ ਆਏ ਕੀਤੀ ਥਾਣੇ ਮੱਕੜ ਦੀ ਕੰਪਲੇਂਟ ਕੀਤੀ ਥਾਣੇ ਤਾਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਮਿਸ਼ਨਰ ਦੇ ਕੀਤੀ ਸੀ ਉਸ ਤੋਂ ਬਾਅਦ ਕੋਈ ਸੁਣਵਾਈ ਨਹੀਂ ਅਸੀਂ ਗਏ ਇਹ ਆਏ ਨਹੀਂ ਉੱਥੇ ਫਿਰ ਜਦ ਨੂੰ ਡੀਓ ਸਾਡੇ ਫਿਰ ਅਕੈਡਮੀ ਪਹੁੰਚ ਗਿਆ ਕਹਿੰਦਾ ਤੁਸੀਂ ਜਾ ਕੇ ਇਹਨੂੰ ਮੁੰਡੇ ਨੂੰ ਮਿਲੋ ਜਦੋਂ ਮੈਂ ਅਕੈਡਮੀ ਕੌਣ ਚਲਾਉਂਦੇ ਉਹ ਵੀ 10 ਬੱਚੇ ਮੇਰੇ ਇੱਥੇ ਵੀਰੇ ਦੇ ਭਾਬੀ ਵੀ ਨੇ ਭਾਬੀ ਪ੍ਰਿੰਸੀਪਲ ਨੇ ਉੱਥੇ ਪੁਸ਼ਪਿੰਦਰ ਕੌਰ ਆ ਜੀ ਸਾਰੇ ਲੇਡੀ ਸਟਾਫ ਕੀ ਕੁਆਲੀਫਿਕੇਸ਼ਨ ਕੁਆਲੀਫਿਕੇਸ਼ਨ ਵੀ ਦੱਸ ਉਹਨਾਂ ਨੇ ਐਮਕੌਮ ਬੀਐਡ ਨੇ ਤੇ ਉੱਥੇ ਜਿੰਨੇ ਵੀ ਟੀਚਰ ਨੇ ਐਮਏ ਬੀਐਡ ਜਾਂ ਬੀਏ ਬੀਐਡ ਜਾਂ ਜੀਟੀਟੀ ਸਾਰੇ ਕੁਆਲੀਫਾਈਡ ਮਿਲੇ 106 ਬੱਚੇ ਨੇ ਟੋਟਲ ਇਹ ਬੰਦੇ ਨੂੰ ਬਿਲਕੁਲ ਨਹੀਂ ਭੋਰਾ ਵੀ ਇਹਨੂੰ ਮੈਂ ਕਿਹਾ ਸਰ ਥੋੜੇ ਮੋਟੇ ਘਟਾ ਲਓ ਕਹਿੰਦਾ ਨਹੀਂ 70,000 ਰੁਪਏ ਦੇਣਾ ਤੁਸੀਂ ਇਸ ਤੋਂ ਪਹਿਲਾਂ ਸੈਟਿੰਗ ਕਿੰਨੇ ਚ ਹੋਈ ਸੀ ਦੱਸੋ ਪਹਿਲਾਂ 50,000 ਚ ਹੋਈ ਸੀ ਪਰ ਸੈਟਿੰਗ ਹੋਈ ਕਿਉਂ ਹੈ ਸੈਟਿੰਗ ਇਸ ਕਰਕੇ ਹੋਈ ਹੈ ਕਿਉਂਕਿ ਸਕੂਲ ਸਾਨੂੰ ਇਹ ਵੀ ਅਸੀਂ ਸਕੂਲ ਚਲਾਉਣਾ 106 ਬੱਚੇ ਸਾਰੇ ਗਰੀਬ ਨੇ ਤੇ ਪਰ ਜਦੋਂ ਇਹਨੂੰ ਬੰਦੇ ਨੂੰ ਕਿਹਾ ਗਿਆ ਵੀ ਅਸੀਂ ਸਕੂਲ ਚਲਾਉਣਾ ਇਹ ਕਹਿੰਦਾ ਨਹੀਂ ਉਹਨੂੰ ਬੰਦ ਕੀਤਾ ਜਾਊਗਾ ਜਿਹੜੀ ਕੰਪਲੇਂਟ ਹੋਈ ਹੈ ਨਾ ਸਰ ਕਿਸ ਵਜ੍ਹਾ ਨਾਲ ਕੀ ਜਿਹੜਾ ਫੇਕ ਰਿਪੋਰਟਰ ਨੇ ਕਿਹਨਾਂ ਦੀ ਕੰਪਲੇਂਟ ਕੀਤੀ ਡੀਓ ਆਫਿਸ ਉਸ ਸਕੂਲ ਦੇ ਬਾਬਤ ਵੀ ਇਹ ਨਿਯਮ ਪੂਰੇ ਨਹੀਂ ਕਰਦਾ ਜੀ ਇਹ ਸਕੂਲ ਬਿਲਡਿੰਗ ਦੇ ਅਕੋਰਡਿੰਗ ਨਹੀਂ ਇਹ ਹੈਗੀ ਪ੍ਰੋਪਰ ਸਕੂਲ ਦੀ ਉਹ ਕੰਪਲੇਂਟ ਨੂੰ ਫਾਈਲ ਕਰਨ ਦਾ ਇਹ ਐਮਸੀ ਮਨੀ ਕਲੈਕਟਰ ਇਹਦੇ ਕੋਲੋਂ ਪਹਿਲਾਂ 50,000 ਚ ਡਨ ਕੀਤਾ ਲੇਟ ਹੋ ਗਿਆ ਇਹ ਇਲੈਕਸ਼ਨ ਸੀਗੇ ਮੈਂ ਵੀ ਲੇਟ ਹੋਇਆ ਤੇ 20,000 ਰੁਪਇਆ ਲੇਟ ਫੀਸ ਲੱਗੀ ਮੇਰੇ ਨਾ ਫੇਸਬੁੱਕ ਪੇਜ ਦੇ ਉੱਤੇ ਲਾਈਵ ਹੈਗਾ ਯੂ ਕੈਨ ਸੀ ਐਵਰੀਥਿੰਗ ਇਹਦੀ ਪਾਕਟ ਦੇ ਵਿੱਚੋਂ ਪੈਸੇ ਲਏ ਆ ਦਿਓ ਨੋਟ ਕਿੱਥੇ ਆ ਜਦੋਂ ਇਹਨੂੰ ਕਿਹਾ ਗਿਆ ਨਾ ਵੀ ਤੂੰ ਚਲੋ ਹੁਣ ਸਾਡਾ ਨਿਬੜ ਜੂ ਤੇ ਐਲਏ ਦਾ ਕਹਿੰਦਾ ਉਹ ਤਾਂ 2,000-4,000 ਦੀ ਗੇਮ ਐਲ ਏ ਉਹ ਰਿਕਾਰਡਿੰਗ ਹੈਗੀ ਉਹ ਵੀ ਰਿਕਾਰਡਿੰਗ ਹੈ ਸਾਰਾ ਕੁਝ ਟੈਲੀਫੋਨ ਰਿਕਾਰਡਿੰਗ ਹੈਗੀ ਆਡੀਓ ਸਾਰਾ ਕੁਝ ਫੋਨ ਬਾਹਰ ਰਖਾ ਦਿੰਦਾ ਕਹਿੰਦਾ ਦੋਨੇ ਫੋਨ ਗੱਡੀ ਚ ਰੱਖਿਆ ਹੁਣ ਵੀ ਇਹਦੇ ਟੈਲੀਫੋਨ ਦੋਨੋਂ ਜਿਹੜੇ ਗੱਡੀ ਚ ਰੱਖ ਆ ਮੇਰੇ ਕੋਲ ਛੋਟਾ ਫੋਨ ਇਹਨੂੰ ਪੈਦਲ ਲੈ ਕੇ ਮੇਰਾ ਖਿਆਲ ਉਹ ESI ਦੇ ਪਿਛਲੇ ਪਾਸੇ ਤੱਕ ਗਿਆ ਤੇ ਉੱਥੇ ਜਾ ਕੇ ਪੈਸੇ ਪਾ ਸ਼ਰਮ ਨਾਮ ਦੀ ਚੀਜ਼ ਨੀ ਹੈਗੀ ਇਹ ਆਪਾਂ ਕਹਿੰਦੇ ਹਜੇ ਯੰਗ ਅਸੀਂ ਕੋਈ ਮਾੜਾ ਮੋਟਾ ਸੁਧਾਰ ਕਰਾਂਗੇ ਕਿੰਨੀ ਏਜ ਆ ਸ਼ਰਮ ਆਉਂਦੀ ਹੁਣ ਕਿ ਨਹੀਂ ਆਉਂਦੀ ਤੂੰ ਫਿਰ ਜੇ ਤੇਰਾ ਬੇਟਾ ਕੁਛ ਨੀ ਤੇ ਤੂੰ ਮਨੀ ਕਲੈਕਟਰ ਕਿਉਂ ਬਣ ਮਨੀ ਕਲੈਕਟਰ ਕੋਈ ਨੀ ਹੈ ਕੋਈ ਠੀਕ ਹੈ ਜੀ ਜਿੰਨਾ ਗੱਲ ਹੋਈ ਹੈ ਮੈਂ ਤਾਂ ਉਹਦੇ ਵਿੱਚ ਕੁਛ ਬੇਟਾ ਸੁਣ ਲਈ ਤੂੰ ਆਪਣਾ ਪੱਖ ਦੱਸ ਨਾ ਦੱਸ ਮੇਰੇ ਨਾਲ ਕੋਈ ਗੱਲ ਨੀ ਮੈਂ ਇਹਨਾਂ ਦੇ ਸਕੂਲ ਕੋਈ ਚੈਕਿੰਗ ਨੀ ਕੀਤੀ ਕੋਈ ਕੁਛ ਨੀ ਮੈਨੂੰ ਨੀ ਪਤਾ ਇਹਨਾਂ ਦੇ ਆਪਸ ਵਿੱਚ ਕੀ ਗੱਲ ਬਾਤ ਠੀਕ ਹੈ ਜੀ ਮੈਨੂੰ ਕਿਹਾ ਗਿਆ ਪੈਸੇ ਫੜਨੇ ਆ ਤਾਂ ਮੈਂ ਪੈਸੇ ਡੀਓ ਨੇ ਕਿਹਾ ਤੈਨੂੰ ਮੈਂ ਲਿਆ ਕਿਹਨੇ ਕਿਹਾ ਮੈਂ ਫਿਰ ਤੈਨੂੰ ਜਿਨ੍ਹਾਂ ਨੇ ਫਿਰ ਤੈਨੂੰ ਮੈਂ ਗੱਲ ਕਹਿ ਰਿਹਾ ਵੀ ਹੋ ਸਕਦਾ ਤੈਨੂੰ ਕਿਤੇ ਨਾ ਕਿਤੇ ਇਹਦੇ ਕੋਲੋਂ ਮਾਫੀ ਵਾਲੇ ਖਾਨੇ ਚੱਲ ਕੀ ਕਿਹਨੂੰ ਕਿਹਨੇ ਕਿਹਾ ਸੀ ਡਿਪਟੀ ਡੀਓ ਨਾਮ ਦੱਸ ਨਾ ਉਹਦਾ ਕੀ ਨਾਮ ਉਹਦਾ ਕੁਲਦੀਪ ਸਿੰਘ ਐਂਡ ਐਲਏ ਕੌਣ ਹੈਗਾ ਹਰਵਿੰਦਰ ਸਿੰਘ ਹੈ ਹਰਵਿੰਦਰ ਪ੍ਰਿੰਸੀਪਲ ਲਿਆ ਫਿਰ ਹੁਣ ਮੇਰੀ ਕਰਾਓ ਕ੍ਰਿਸ਼ਨ ਕੁਮਾਰ ਜੀ ਨਾਲ ਗੱਲ ਤੈਨੂੰ ਦੱਸਦਾ ਤੂੰ ਹਜੇ ਵੀ ਲੁਕੋ ਰੱਖਦਾ ਸਾਰੀ ਗੱਲ ਦੱਸਦਾ ਨਹੀਂ ਕਰੂੰਗਾ ਮੈਂ ਕਿਹਾ ਮੈਂ ਫੋਨ ਨਹੀਂ ਕਰੂੰਗਾ ਤੇਰਾ ਬਚਾਅ ਕਰੂੰਗਾ ਤੂੰ ਪਹਿਲਾਂ ਅਸਲੀਅਤ ਦੱਸ ਸਾਰਾ ਮੈਂ ਗੱਲ ਦੱਸ ਤਾਂ ਦਿੱਤੀ ਸਰ ਆਹੀ ਦੋ ਮੈਂ ਪੈਸੇ ਪਹਿਲਾਂ 50,000 ਚ ਸੈਟਿੰਗ ਕੀਤੀ ਸੀ ਕੀਤੀ ਸਰ ਮੈਨੂੰ ਨੀ ਇਹਦੇ ਬਾਰੇ ਪਤਾ ਤੈਨੂੰ 50 ਤੋਂ ਬਾਅਦ 70 ਕਿਹਨੇ ਕਿਹਾ ਵੀ 70 ਲੈਣਾ ਸਰ ਮੈਂ ਇਹਨਾਂ ਨੂੰ ਕਿਹਾ ਨੀ ਗਈ 70 ਲੈਣਾ ਇਹਨਾਂ ਨੇ ਅੱਜ ਪੈਸੇ ਦਿੱਤੇ ਆ ਠੀਕ ਹੈ ਜੀ ਉਸ ਦਿਨ ਗੱਲ ਹੋਈ ਸੀ ਇਹਨਾਂ ਦੀ ਜ਼ਰੂਰ ਆਏ ਸੀਗੇ ਇੱਥੇ ਬੈਠੇ ਸੀਗੇ ਠੀਕ ਹੈ ਜੀ ਇਹਨਾਂ ਨੂੰ ਮੈਨੂੰ ਪੈਸੇ ਲੈਣ ਲਈ ਕਿਹਾ ਸੀ ਮੈਂ ਕਿਹਾ ਜੀ ਦੇ ਦੇ ਠੀਕ ਹੈ ਜੀ ਗੱਲ ਹੋਈ ਵੀ ਇਹਨਾਂ ਨਾਲ ਫੋਨ ਇਹਨਾਂ ਨੇ ਇਹ ਨਹੀਂ ਆਏ 2-3 ਦਿਨ ਕਰਨਾ ਠੀਕ ਹੈ ਜੀ ਇਸ ਤੋਂ ਬਾਅਦ ਦੁਬਾਰਾ ਇਹਨਾਂ ਨੂੰ ਫੋਨ ਹਾਂ ਕੋਈ ਇੱਦਾਂ ਚੱਕਦਾ ਪੈਸੇ ਫੜਦਾ ਹੀ ਨਹੀਂ ਕੋਈ ਪੈਸੇ ਡੀਓ ਤੇ ਮੇਰੀ ਗੱਲ ਇੱਕੋ ਹੀ ਆ ਕਹਿੰਦਾ ਇੱਕੋ ਘਰ ਤੇ ਰਹਿੰਦੇ ਮੇਰੀ ਰਿਕਾਰਡਿੰਗ ਆਡੀਓ ਸੁਣਾਈਏ ਤੂੰ ਜਿੱਥੇ ਕਹਿ ਰਿਹਾ ਵੀ ਅਸੀਂ ਇੱਕੋ ਘਰ ਤੇ ਰਹਿੰਦੇ ਹਾਂ ਡੀਓ ਦੀ ਚਿੰਤਾ ਹੀ ਨਾ ਕਰ ਤੂੰ ਐਲਏ ਜਿਹੜਾ 5-4,000 ਹੋਰ ਲਊਗਾ ਤੇਰੀ ਆਡੀਓ ਸੁਣਾਵਾਂ ਮੈਂ ਦੱਸ ਤਾਂ ਰਿਹਾ ਪਰ ਉਸ ਤੋਂ ਬਾਅਦ ਇਹ ਆਏ ਨਹੀਂ ਹੈਗੇ ਉਸ ਤੋਂ ਬਾਅਦ ਉਹਨਾਂ ਨੇ ਮੇਰੀ ਗੱਲ ਹੋਈ ਹੈ ਇਹ ਉਹਨਾਂ ਦੇ ਸਕੂਲ ਗਏ ਨੇ ਠੀਕ ਹੈ ਜੀ ਉਹਨਾਂ ਨੇ ਆ ਕੇ ਮੈਨੂੰ ਕਿਹਾ ਸੀ ਕਿ ਉਹਨਾਂ ਨੂੰ 70,000 ਰੁਪਏ ਜੇ ਮੈਂ ਕੋ ਆਏ ਮੈਂ ਉਹਨਾਂ ਨੂੰ ਕਹਿਤਾ ਮੈਂ 70,000 ਵੀ ਮੈਨੂੰ 70 ਡਿਪਟੀ ਡੀਓ ਕਹਿ ਗਿਆ ਵੀ ਇੰਨੇ ਲੈਣ ਮੈਨੂੰ ਇਹ ਲਿਆ ਯਾਰ
ਮੋਬਾਈਲ ਕਿਉਂ ਬਾਹਰ ਰਖਾਏ? ਜਿੱਦਾਂ ਮੈਨੂੰ ਕਿਹਾ ਗਿਆ ਸੀ ਮੈਂ ਕਿਉਂ ਮੰਨਦੇ ਹੋ ਜੀ? ਮਤਲਬ ਇੰਨੀ ਤਾਂ ਮੇਰਾ ਖਿਆਲ ਆ ਵੀ ਕੋਈ ਇਹ ਕਹਿ ਦਈਏ ਨਾ ਵੀ ਕੋਈ CBI ਦੀ ਹੋਵੇ ਕੰਮ ਤੇ ਉਹ ਵੀ ਦਫ਼ਤਰਾਂ ਦੇ ਵੀ ਕਹਿੰਦਾ ਫੋਨ ਬਾਹਰ ਰੱਖਿਆ, ਪਹਿਲਾਂ ਚੱਲ ਕੇ ਗੱਡੀ ਦੇ ਵਿੱਚ ਫੋਨ ਰੱਖਿਆ, ਗੱਡੀ ਚ ਦੋਨੋਂ ਫੋਨ ਰਖਾਏ। ਹੁਣ ਤੈਨੂੰ ਮੈਂ ਹੋਰ ਦੱਸਦਾ, ਮੈਂ ਇਹਦੀ ਜੇਬ ਚ ਡੱਬੀ ਪਾ ਕੇ, ਹੋਰ ਸੁਣੋ ਮੇਰੀ ਗੱਲ, ਮੈਂ ਇਸ ਮੁੰਡੇ ਕੰਪਲੇਨੈਂਟ ਦੀ ਜੇਬ ਚ ਇੱਕ ਡੱਬੀ ਪਾ ਕੇ ਭੇਜੀ, ਉਹ ਮੇਰੇ ਫੋਨ ਦੇ ਉੱਤੇ ਰਿਕਾਰਡਿੰਗ ਤੇ ਆ, ਇਹ ਜੋ ਆਪਸ ਚ ਗੱਲ ਕਰ ਰਹੇ ਤੁਰੇ ਜਾਂਦੇ ਉਹ ਸਾਰਾ ਰਿਕਾਰਡਡ ਆ ਮੇਰੇ ਕੋਲ, A to Z ਮੇਰੇ ਕੋਲ A to Z ਰਿਕਾਰਡਿੰਗ ਹੈਗੀ ਹੈ। ਠੀਕ ਹੈ, ਮੈਂ ਮੰਨਦਾ, ਪਰ ਮੇਰੀ ਕੋਈ ਗਲਤੀ ਹੈ। ਅੱਛਾ ਤੂੰ ਇਹ ਦੱਸ, ਤੂੰ ਅੱਛਾ ਮੇਰੀ ਗੱਲ ਸੁਣ, ਤੂੰ 70,000 ਰੁਪਿਆ ਜੇਬ ਚ ਪਾਵੇਂ ਬੇਟਾ, ਤੈਨੂੰ ਕੀ ਮਿਲਣਾ ਉਹਦੇ ਚੋਂ? ਕੁਛ ਵੀ ਨਹੀਂ। ਤੈਨੂੰ ਸੈਲਰੀ ਮਿਲਦੀ ਹੈ? ਸੈਲਰੀ ਡੈਪਟੀ ਡੀਓ ਰੋਕ ਸਕਦਾ? ਮੇਰਾ ਕੋਈ ਇਹਦੇ ਨਾਲ ਹੈ ਨੀ ਗਾ ਜੀ, ਮੈਂ ਇਹਨਾਂ ਦੇ ਕਰਾਓ, ਡੈਪਟੀ ਡੀਓ ਨਾਲ ਗੱਲ ਕਰਾਓ, ਮੈਂ ਇਹਨਾਂ ਦੇ ਵਿੱਚ ਮੇਰਾ ਕੋਈ ਇਹਦੇ ਵਿੱਚ ਸਿਰਫ ਪੈਸੇ ਫੜਨੀ ਬਣਾਣੀ, ਸਿਰਫ ਪੈਸੇ ਫੜਨ ਦਾ ਕੰਮ ਹੈਗਾ ਮੇਰਾ, ਕੋਈ ਨੀ। ਨਾਮ ਕੀ ਹੈ ਜੀ? ਨਾਮ ਤੁਹਾਡਾ ਪੂਰਾ ਕੀ ਹੈ? ਅਮਿਤ, ਅਮਿਤ ਮਿੱਤਲ। ਕੀ ਕਲਰਕ ਹੈਗੇ ਹੋ? ਕਲਰਕ ਮੇਰੇ ਵੱਲੋਂ ਨਾਲ ਜ਼ਰੂਰ ਰੱਖਿਓ, ਵੀ MC ਹੈਗੇ ਹਰੇਕ ਅਫਸਰ ਨੇ ਰੱਖਿਓ, ਮਨੀ ਕੁਲੈਕਟਰ, ਮਤਲਬ ਚਾਹੇ ਉਹ ਤਹਿਸੀਲਦਾਰ ਆ, ਉਹ ਪਟਵਾਰੀ ਆ, ਉਹ ਦੂਜੇ ਤੀਜੇ ਕੋਈ ਵੀ ਕਿਸੇ ਅਹੁਦੇ ਤੇ ਬੈਠੇ, ਹਰੇਕ ਨੇ MC ਰੱਖਿਆ ਹੋਇਆ ਛੋਟੇ ਲੈਵਲ ਦੇ ਵਿੱਚ, PN ਕਲਰਕ ਏਦਾਂ ਦੇ ਜਿਹੜੇ ਹੈਗੇ ਉਹ ਸਾਰੇ ਪੈਸੇ ਇਕੱਠੇ ਕਰਨ ਲਈ ਰੱਖੇ ਹੋਏ। 70,000 ਰੁਪਇਆ ਤੁਸੀਂ ਸਮਝਦਾ ਵੀ ਇੱਕ ਬੰਦਾ ਇਹ ਲੈ, ਇਹਦੀ ਔਕਾਤ ਨੀ ਹੈਗੀ, ਦੱਸਦੀ ਇਹਨੇ ਸੱਚੀ ਗੱਲ ਵੀ ਡੈਪਟੀ DO ਤੇ LA ਤੇ ਸਾਡਾ ਕਿੱਥੇ ਆ ਐਡਮਿਨਿਸਟ੍ਰੇਸ਼ਨ, DC ਕਿੱਥੇ ਹੈਗਾ, ਕਿੱਥੇ ਦੂਜੇ ਤੀਜੇ ਜਿਹੜੇ ਬੜੇ ਦਮਗਜੇ ਮਾਰਦੇ ਆ, 0% ਟਾਲਰੈਂਸ ਔਨ ਕਰਪਸ਼ਨ, ਆ ਹੈਗੀ ਆ ਕਰਪਸ਼ਨ ਟਾਲਰੈਂਸ, ਕਿਹੜੇ ਪੇਪਰ ਤੋਂ ਤੁਸੀਂ? 0% ਟਾਲਰੈਂਸ ਔਨ ਕਰਪਸ਼ਨ ਜਿਹੜਾ ਕਾਂਗਰਸ ਦੇ ਮੈਨੀਫੈਸਟੋ ਦਾ ਪਹਿਲਾ ਲਿਖਿਆ ਹੋਇਆ ਹੈਡ ਦੇ ਉੱਤੇ। ਮੈਂ ਬੱਚੇ ਤੈਨੂੰ ਕੁਛ ਨੀ ਕਹਿਣਾ, ਮੈਂ ਮਹਿਕਮੇ ਨੂੰ ਪੁੱਛੂਗਾ ਵਿਧਾਨ ਸਭਾ ਦੇ ਅੰਦਰ ਵੀ ਆਹ ਕਰਤੂਤਾਂ ਹੁੰਦੀ ਤੁਹਾਡੇ ਮਹਿਕਮੇ ਦੇ ਵਿੱਚ, ਜਿਹੜਾ ਕੋਈ ਗਰੀਬ ਦੇ ਬੱਚੇ ਪੜਾਉਂਦਾ, ਜੇ 107 ਬੱਚੇ ਤੇ 20 ਬੱਚੇ ਫ੍ਰੀ ਚ ਪੜ੍ਹਦੇ ਹੋਣ ਤੇ ਉਹਨੂੰ ਵੀ ਤੰਗ ਕਰਨਾ ਤੁਸੀਂ? ਸਰ LA ਦਾ ਤੁਸੀਂ ਕੀ ਮਤਲਬ? ਲੀਗਲ ਐਡਵਾਈਸ, ਲੀਗਲ ਐਡਵਾਈਸ, LA ਦਾ ਨਾਮ ਬੋਲੋ ਕੀ ਹੈਗਾ? ਦੀਪ ਕੁਮਾਰ ਸਿੰਘ। ਨਹੀਂ, LA ਦਾ ਹਰਵਿੰਦਰ ਸਿੰਘ। ਫੋਨ ਲੋ ਜੀ, ਇਹਨੇ ਗੱਲਬਾਤ ਕੀਤੀ ਹੋਊਗੀ, ਇਹਨਾਂ ਨਾਲ ਇਹਦਾ ਫੋਨ ਲੈ ਲਓ ਜੀ, ਕਰਕੇ ਦਿਖਾ ਦੇਖਾ ਉੱਥੇ ਕਿਹਦੀ ਕਾਲ ਹੈਗੀ ਆ। ਕਰਾਇਓ ਇਹਦੇ ਡਿਪਟੀ DO ਨਾਲ ਗੱਲ, ਆਪਣੇ ਵਾਲੇ ਤੋਂ ਲਾ ਡਿਪਟੀ DO ਦਾ ਚੈਨਲ ਉਹਦੇ ਨਾਲ ਹੀ ਹੋਈ ਹੋਈ ਆ, ਪਹਿਲੇ ਹੀ ਨੰਬਰ, ਇਹਦੇ ਤੁਸੀਂ ਨੰਬਰ ਲੈ ਲਓ ਜੀ, ਇਹਦੇ ਸਾਰੀ ਡਿਟੇਲ ਰੱਖੋ ਜੀ, ਮਿਸ ਕਾਲ ਆ ਸਰ, ਇਹਦੀ ਇੱਕ ਪਿਕ ਕਰੀ ਕਰਕੇ, ਉਹ ਹੁਣ ਫੋਨ ਨਹੀਂ ਚੱਕ ਰਿਹਾ, ਇਹਦੇ ਫੋਨ ਦੀ ਫੋਟੋ ਕਰ, ਇਹਦਾ ਜਿਹੜਾ ਕੁਲਦੀਪ ਦਾ ਨੰਬਰ ਦਿੱਤਾ ਜੀ, ਕੁਲਦੀਪ ਪਹਿਲਾਂ ਵੀ ਮੈਂ ਕੋਚਰ ਮਾਰਕੀਟ ਚੰਡੀਗੜ੍ਹ ਦੱਸਦਾ ਸੀਗਾ ਜੀ, ਉਹ ਵੀ ਨਹੀਂ ਫੋਨ ਚੱਕ ਰਿਹਾ ਸਰ, ਇੱਧਰ ਵੀ ਦਿਖਾ ਦਿਓ ਚੰਡੀਗੜ੍ਹ, ਉਹ ਵੀ ਕਹਿ ਕੇ ਆ ਰਿਹਾ ਮੈਂ ਕੋਚਰ ਮਾਰਕੀਟ, ਕਹਿੰਦਾ ਮੈਂ 5 ਮਿੰਟ ਹੀ ਆ ਗਿਆ, ਸਭ ਇੱਧਰ ਕਰ ਲੈਂਦੇ ਫੋਨ, ਭੈਣ ਜੀ ਗਰੀਬ ਵਿਚਾਰਾ ਕਿੱਥੇ ਜਾਊਗਾ? ਇਹਨੂੰ 2 ਮਹੀਨੇ ਹੋ ਗਏ ਮੁੰਡੇ ਨੂੰ ਜਲੀਲ ਕਰ ਕਰਕੇ, ਇਹਨੂੰ ਗੇੜੇ ਲਵਾ ਲਵਾ ਜਲੀਲ ਕੀਤਾ ਇਹਨੂੰ। ਗਵਰਨਮੈਂਟ ਗੁੱਡ ਗਵਰਨੈਂਸ, ਆਹ ਗੁੱਡ ਗਵਰਨੈਂਸ ਹੈਗਾ, ਬੜੀਆਂ ਵੱਡੀਆਂ ਵੱਡੀਆਂ ਡੀਂਗਾ ਮਾਰਦੀਆਂ ਸਰਕਾਰਾਂ, ਵੱਡੇ ਵੱਡੇ ਲੀਡਰ ਬੜੀਆਂ ਡੀਂਗਾ ਮਾਰਦੇ ਆ, ਕਦੇ ਕਿਸੇ ਨੇ ਜਿਹੜਾ ਅੰਨੇਵਾਹ ਲੁੱਟ ਹੋ ਰਹੀ ਆ ਲੋਕਾਂ ਦੀ ਸਰਕਾਰੀ ਦਫ਼ਤਰਾਂ ਦੇ ਵਿੱਚ, ਉਹਦੇ ਪਾਸੇ ਕਿਸੇ ਨੇ ਧਿਆਨ ਨਹੀਂ ਕੀਤਾ, ਕਿਉਂਕਿ ਨੈਕਸਸ ਬਣਿਆ ਹੋਇਆ, ਇਹ ਸੰਗਠਨ ਬਣਿਆ ਹੋਇਆ ਉੱਚ ਪਦਵੀਆਂ ਤੇ ਬਿਰਾਜਮਾਨ ਰਾਜਨੀਤਿਕ ਲੀਡਰ ਤੇ ਬਿਊਰੋਕਰੇਸੀ ਸਰਕਾਰੀ ਮੁਲਾਜ਼ਮਤ। ਸੋ ਦੋਸਤੋ, ਇਹ ਨੈਕਸਸ ਤੋੜਨ ਦਾ ਇੱਕ ਤੁਹਾਡੀ ਕਿਰਪਾ, ਤੁਹਾਡਾ ਸਪੋਰਟ ਹੈਗੀ ਆ, ਯਤਨ ਜ਼ਰੂਰ ਕਰਦੇ ਆ। ਕਿਸੇ ਨੇ ਇੱਕ ਜੰਗਲ ਦੇ ਵਿੱਚ ਅੱਗ ਲੱਗ ਗਈ ਤੇ ਇੱਕ ਚਿੜੀ ਉਸ ਜੰਗਲ ਦੇ ਵਿੱਚ ਸੀ, ਜਦੋਂ ਅੱਗ ਲੱਗੀ ਤੇ ਉਹ ਸਮੁੰਦਰ ਦੇ ਵਿੱਚੋਂ ਚੁੰਝ ਭਰ ਕੇ ਜੰਗਲ ਦੀ ਅੱਗ ਦੇ ਉੱਤੇ ਪਾਣੀ ਸੁੱਟਣ ਲੱਗ ਗਈ। ਕੋਈ ਬੁੱਧੀਮਾਨ ਦੋਸਤ ਉਹਨੂੰ ਕਹਿਣ ਲੱਗਾ, ਚਿੜੀਏ ਕੀ ਕਮਲ ਫੁੱਟੀ ਜਾਂਦੀ ਹੈ, ਤੇਰੀ ਇਸ ਚੁੰਝ ਭਰ ਕੇ ਪਾਣੀ ਸੁੱਟਣ ਨਾਲ ਅੱਗ ਨਹੀਂ ਬੁੱਝਣ ਲੱਗੀ? ਤੇ ਉਸ ਚਿੜੀ ਨੇ ਕੀ ਕਿਹਾ ਕਿ ਮੈਂ ਜਦੋਂ ਇਹ ਹਿਸਟਰੀ ਲਿਖੀ ਜਾਣੀ ਹੈ ਨਾ, ਇਤਿਹਾਸ ਲਿਖਿਆ ਜਾਣਾ, ਤੇ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ ਦੀ ਲਿਸਟ ਦੇ ਵਿੱਚ ਆਏਗਾ। ਦੋਸਤੋ, ਅਸੀਂ ਉਹ ਹਾਂ, ਗਿਣਤੀ ਦੇ ਵਿੱਚ ਥੋੜੇ ਹਾਂ ਅਸੀਂ, ਪਰ ਸਾਡਾ ਨਿਸ਼ਚਾ ਜ਼ਰੂਰ ਹੈ ਕਿ ਇਹ ਸਾਡਾ ਧੰਦਾ ਨਹੀਂ ਹੈਗਾ, ਸਾਡੇ ਲਈ ਦੇਸ਼ ਭਗਤੀ ਹੈ। ਜੇ ਕੋਈ ਗਰੀਬ ਨੂੰ ਕੋਈ ਬੇਈਮਾਨ ਲੁੱਟੇਗਾ ਤੇ ਇਨਕਲਾਬ ਜ਼ਿੰਦਾਬਾਦ ਜ਼ਰੂਰ ਬੋਲਣ ਜਾਵਾਂਗੇ। ਸੋ ਮੈਂ ਜਸਪ੍ਰੀਤ ਦਾ ਰਿਣੀ ਆ, ਧੰਨਵਾਦ ਕਰਦਾ ਵੀ ਰੇਅਰ ਬੰਦੇ ਹੈਗੇ ਆ, ਬੜੇ ਘੱਟ ਗਿਣਤੀ ਦੇ ਵਿੱਚ ਬੰਦੇ ਜਿਹੜੇ ਜਿਗਰਾ ਕਰਦੇ ਆ, ਜਿਹੜੇ ਆ ਕੇ ਦੱਸਦੇ ਆ ਵੀ ਫਲਾਨਾ ਅਫਸਰ ਸਾਡੇ ਕੋਲੋਂ ਪੈਸੇ ਮੰਗਦਾ, ਨਹੀਂ ਤਾਂ ਅਫਸਰਾਂ ਨੇ ਦਵਾਈ ਇੰਨੇ ਹੋਏ ਆ, ਕਿਸੇ ਦੀ ਕਿਤੇ ਸੁਣਵਾਈ ਹੈ ਨੀਗੀ। ਇਹੀ ਗੱਲ ਜੇ ਕਿਤੇ ਕੰਪਲੇਂਟ ਕੀਤੀ ਹੁੰਦੀ, ਲੈ ਇਹ ਕੰਪਲੇਂਟ ਐਨ ਚੰਗੀ ਤਰ੍ਹਾਂ ਟਾਈਟ ਹੋ ਕੇ ਕਿਤੇ ਨਾ ਕਿਤੇ ਧੂੜ ਦੇ ਵਿੱਚ ਰੱਦੀ ਦੀ ਟੋਕਰੀ ਸੁੱਟਣੀ ਸੀ ਇਹਨਾਂ ਨੇ।
ਸੋ ਮੈਂ ਕ੍ਰਿਸ਼ਨ ਕੁਮਾਰ ਜੀ ਜਿਹੜੇ ਸਾਡੇ ਸੈਕਟਰੀ ਐਜੂਕੇਸ਼ਨ ਉਹਨਾਂ ਨਾਲ ਟੈਲੀਫੋਨ ਤੇ ਰਾਬਤਾ ਕਰਨ ਦਾ ਯਤਨ ਕੀਤਾ, ਉਹ ਫੋਨ ਤੇ ਨਹੀਂ ਆਏ, ਮੈਸੇਜ ਲਾਇਆ। ਪਰ ਮੈਂ ਇਹ ਜ਼ਰੂਰ ਇਨਸ਼ੋਰ ਕਰਦਾ ਕਿ ਪੰਜਾਬ ਦੇ ਵਿੱਚ ਜਿੱਥੇ ਤੁਹਾਡੇ ਨਾਲ ਕੋਈ ਬੇਈਮਾਨ ਅਫਸਰ ਠੱਗੀ ਠੋਰੀ ਬੇਈਮਾਨੀ ਕਰੇ, ਦੋਸਤੋ ਦੱਸਿਓ ਜ਼ਰੂਰ ਮੈਨੂੰ। ਜਿੰਨੇ ਜੋਗੇ ਆ ਤੁਹਾਡੇ ਲਈ ਹਮੇਸ਼ਾ ਹਾਜ਼ਰ ਰਹਾਂਗੇ। ਇਨਕਲਾਬ ਜ਼ਿੰਦਾਬਾਦ। ਜ਼ਿਕਰਯੋਗ ਕਿ ਸਿਮਰਜੀਤ ਸਿੰਘ ਬੈਂਸ ਵੱਲੋਂ ਬੀਤੇ ਦਿਨੀ ਚਿੱਟਾ ਖਰੀਦ ਕੇ ਕੈਪਟਨ ਸਰਕਾਰ ਦੀ ਪੋਲ ਖੋਲੀ ਗਈ ਸੀ ਤੇ ਇਸ ਵਾਰ ਵੀ ਰਿਸ਼ਵਤਖੋਰ ਨੂੰ ਕਾਬੂ ਕਰਕੇ ਕੈਪਟਨ ਸਰਕਾਰ ਨੂੰ ਸ਼ਰਮਸਾਰ ਕਰ ਦਿੱਤਾ। ਬਿਊਰੋ ਰਿਪੋਰਟ, ਚੈਨਲ ਪੰਜਾਬ। ਸਾਡੀ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ। It's cool to be Punjabi.